ਮੰਜੀਆਂ ਦਾ ਜੋੜਾ ਜੀ ਅਸੀਂ ਇੱਕ ਨਵਾਂ ਹੋਰ ਲੈ ਆਉਂਦਾ ਹੈ, ਇੱਕ ਵਾਲਾ ਇਹਦਾ ਗਰੂ ਚੱਕ ਕੇ ਲਿਆਉਂਦਾ ਅਤੇ ਹੁਣ ਇੱਥੇ ਲਦਾਉਣ ਲੱਗੇ ਹਾਂ। ਲਾਰੀ ਅੱਡੇ 'ਚ ਖੜ੍ਹੇ ਹੋਏ ਹਾਂ, ਇੰਤਜ਼ਾਰ ਤਾਂ ਕਰਨੇ ਹਾਂ ਕਿ ਕਿਹੜੀ ਬੱਸ ਆਵੇ, ਲੇਕਿਨ ਅਸੀਂ ਇੰਤਜ਼ਾਰ ਕਰ ਰਹੇ ਹਾਂ ਚੀਮਾ ਬਰਾਦਰ ਵਾਲਿਆਂ ਨੂੰ, ਕਿਉਂਕਿ ਉਹ ਜਲਦੀ ਵੀ ਪਹੁੰਚ ਜਾਂਦੀ ਆ ਅਤੇ ਸੇਫ ਵੀ ਸਾਡਾ ਸਮਾਨ ਰਹਿੰਦਾ ਹੈਗਾ। ਉੱਥੋਂ ਫਿਰ ਬਾਈ ਅਮੀਰ ਹੋਰ ਜਿਹੜਾ ਨਾ ਅੱਗੋਂ ਉਤਾਰ ਲੈਣਗੇ, ਨਾਲ ਕੋਈ ਸਾਡਾ ਉਹ ਥੋੜ੍ਹਾ ਸਮਾਨ ਵੀ ਹੈਗਾ, ਬਾਕੀ ਆ ਮੰਜੀਆਂ ਹੈਗੀਆਂ। ਮੰਜੀਆਂ ਬਾਈ ਸਾਹਿਬ ਉਹ ਉੱਤੇ ਚਲੀਆਂ ਗਈਆਂ ਸਾਡੀਆਂ ਹੁਣ ਬੱਸ ਦੇ ਉੱਤੇ, ਅਸੀਂ ਹੁਣ ਚੱਲਦੇ ਹਾਂ ਅਗਲੇ ਬੰਦੇ ਨੂੰ ਫੋਨ ਕਰ ਦਿੱਤਾ ਮੈਂ, ਘੰਟੇ ਤਾਂ ਤੁਸੀਂ ਇਹਨਾਂ ਕੋਲੋਂ ਜਿਹੜਾ ਨਾ ਪਤਾ ਕਰ ਲੈਣਾ ਕਿ ਕਿੱਥੇ ਪਹੁੰਚੇ ਨੇ, ਫਿਰ ਇਨਸ਼ਾਅੱਲਾ ਤਾਲਾ ਇਹ ਕਨਫਰਮ ਕਰਦੇ ਜਾਣਗੇ ਅਤੇ ਆਪਣਾ ਸਮਾਨ ਉੱਥੋਂ ਲੈ ਲਵਣਗੇ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ, ਕੀ ਹਾਲ ਨੇ ਸਾਰੇ ਨਾਲ? ਅਲਹਮਦੁਲਿਲਾ ਅਸੀਂ ਬਿਲਕੁਲ ਠੀਕ ਠਾਕ, ਸਾਡੇ ਦੁਆ ਸਾਰੇ ਦੇਖਣ 'ਚ ਤੇ ਰਹਿਣ, ਖੁਸ਼ ਰਹਿਣ ਪਾਤਰ, ਹਮੇਸ਼ਾ ਇਸ ਦਿਵਸ 'ਤੇ ਰਹਿਣ, ਅੱਲਾਹ ਪਾਕ ਸਭ ਨੂੰ ਸਲਾਮਤ ਰੱਖੇ, ਆਮੀਨ ਸੁਮਾ ਅਮੀਨ। ਹਾਂਜੀ ਕੀ ਹਾਲ? ਰੱਬੀ ਆ ਗਏ ਹੋ, ਹੈ ਤੁਹਾਡੀ ਅਮਾਨਤ ਆਈ ਕੋਈ ਥੋੜ੍ਹੀ ਮੇਰੇ ਕੋਲ, ਠੀਕ ਹੈ। ਮੌਸਮ ਕਾਫੀ ਖਰਾਬ ਹੁੰਦਾ ਜਾਂਦਾ ਹੈ, ਮਤਲਬ ਕਦੇ ਖਰਾਬ ਹੋ ਜਾਂਦਾ ਕਦੇ ਸਹੀ ਹੋ ਜਾਂਦਾ, ਅਤੇ ਅਸੀਂ ਸ਼ਹਿਰ ਫਿਰ ਦੁਬਾਰਾ ਜਾਣਾ ਸੀ ਕਿਉਂਕਿ ਅਸੀਂ ਆ ਜਿਹੜੀ ਨਾ ਕਾਫੀ ਸਾਰੀ ਸੁਬਹ ਦੀ ਜਿਹੜਾ ਨਾ ਬਲਕਿ ਕੱਲ੍ਹ ਦੀ ਕਦੇ ਕਹਿੰਦੀ ਮਤਲਬ ਇੱਦਾਂ ਤੋਰੀਏ ਵੱਖੀਆਂ 'ਚ ਕਦੇ ਪੇਟ 'ਚ ਇਸੇ ਤਰ੍ਹਾਂ ਹੁੰਦੀ, ਜਿਹੜਾ ਤਬੀਅਤ ਕਦੀ ਸੈੱਟ ਹੋ ਜਾਂਦੀ ਕਦੀ ਖਰਾਬ ਹੋ ਜਾਂਦੀ ਹੈ, ਅਤੇ ਮੇਰਾ ਜ਼ਹਿਨ ਸੀ ਕਿ ਉਹਨੂੰ ਜਿਹੜਾ ਅਲਟਰਾਸਾਊਂਡ ਵਗੈਰਾ ਕਰਵਾ ਕੇ ਜਿਹੜਾ ਦੇਖਦੇ ਹਾਂ ਕਿ ਕੋਈ ਮਸਲਾ ਮਸਾਇਲ ਤਾਂ ਨਹੀਂ, ਅੱਲਾ ਮਾਫੀ ਦੇਵੇ, ਤਾਂ ਕਿ ਉਹਦੇ ਮੁਤਾਬਿਕ ਜਿਹੜਾ ਨਾ ਫਿਰ ਇਲਾਜ ਮੁਆਲਜਾ ਬੰਦਾ ਕਰਵਾ ਸਕੇ। ਬਾਕੀ ਕੋਸ਼ਿਸ਼ ਕਰਨੇ ਹਾਂ ਕਿ ਉਹਨੂੰ ਲੈ ਕੇ ਜਾਵਾਂ, ਹੁੰਦਾ ਅਲਟਰਾਸਾਊਂਡ ਵਗੈਰਾ ਕਰਵਾਵਾਂ, ਅਜੇ ਤੱਕ 5 ਵਜੇ ਨੇ ਤਕਰੀਬਨ 2.5 ਘੰਟੇ ਸ਼ਾਮ ਹੋਣ 'ਚ ਪਏ ਹੋਏ ਆ। ਕਿ ਇਸ ਮੌਸਮ ਨੂੰ ਦੇਖ ਕੇ ਲੱਗਦਾ ਨਹੀਂ ਹੈ ਕਿ ਸਾਨੂੰ ਜਿਹੜਾ ਨਾ ਸ਼ਹਿਰ ਜਾਵਣ ਦੇਵੇ ਮੌਸਮ, ਕਿਉਂਕਿ ਆਇਆ ਵੀ ਸਿੱਧਾ ਸਾਵਾਂ ਸਮਝੋ ਕਿ ਨਾ ਲਹਿੰਦੇ ਪਾਸੋਂ ਹੈਗਾ, ਤੋੜ ਲਹਿਰ ਹੈਗੀ ਕਾਲੇ ਬੱਦਲਾਂ ਦੀ। ਦੁਆ ਫਾਤਮਾ ਦਾ ਕੀ ਹਾਲ ਹੈ? ਅੱਛਾ ਮਾਸ਼ਾਅੱਲਾ, ਦੁਆ ਰਾਣੀ ਨੇ ਵੀ ਨਵੇਂ ਕੱਪੜੇ ਪਾਏ ਦੇ, ਇਹ ਤਾਂ ਮੇਰੇ ਕੱਪੜੇ ਆਣ ਤੇ ਇਹਨੂੰ ਪੂਰੇ ਆ ਗਏ ਦੁਆ ਰਾਣੀ, ਹੈਂ ਦੁਆ ਰਾਣੀ, ਦੁਆ ਨਹੀਂ ਦੁਆ, ਕੱਪੜੇ ਪੂਰੇ ਆ ਗਏ ਨੇ, ਅਰੇ ਨੌ ਕਿੱਡੇ ਵੱਡੇ ਵੱਡੇ ਕੀਤੇ ਹੋਏ ਨੇ, ਮੈਨੂੰ ਦੱਸਿਆ ਮੈਂ ਲਈ ਆਉਂਦਾ, ਹੁਣ ਮੈਂ ਸ਼ਹਿਰ ਚੱਲਿਆ ਲਈ ਉਸ ਦੇ ਨੌ, ਵੇਖ ਨਾ ਕਿੱਡੇ ਵੱਡੇ ਹੋਏ, ਇਹਨਾਂ ਦੀ ਵਜ੍ਹਾ ਤੋਂ ਬਿਮਾਰੀਆਂ ਫੈਲਦੀਆਂ ਰਹੇ, ਵੇਖ ਕਿੰਨੇ ਗੰਦੇ ਕੀਤੇ ਉਸ ਵਿੱਚ, ਸਾਰੀ ਮਿੱਟੀ ਪਾਈ ਹੋਈ ਸੀ, ਹਾਂ ਇਸੇ ਵਜ੍ਹਾ ਤੋਂ ਬੂਆ ਵੇਖ ਨਾ, ਹਾਂ ਦੋਨਾਂ ਹੱਥਾਂ ਦੇ ਵੇਖ ਕਿੱਡੇ ਕਿੱਡੇ ਵੱਡੇ ਹੈਗੇ, ਮੈਂ ਹੁਣ ਲੈ ਕੇ ਉਸ ਦਿਨ ਤੁਸੀਂ ਤਾਂ ਖਾ ਲੈਣੇ ਹੁੰਦੇ ਨੇ ਦੰਦਾਂ ਨਾਲ, ਮਾਮੀ ਤੇਰੀ ਖਾ ਹੀ ਰੱਖਦੀ ਹੈ, ਚੂਚਣੀ ਬੱਕਰਾ ਸਾਡੇ ਵਾਲੇ ਗਵਾਂਢੀਆਂ ਦਾ ਅੱਜ ਆਇਆ ਫਿਰਦਾ ਨਿੱਕਾ ਸਾਰਾ, ਹੋਰ ਆਏ ਡਰਦਾ ਹੈ, ਕਿਹੜਾ ਇਲਜ਼ਾਮ ਲੱਗਾ ਤੇਰੇ, ਮੈਂ ਕਿਹਾ ਸਾਰਾ ਕੁਝ ਬਦਲ ਗਿਆ, ਪਹਿਲਾਂ ਮਾਂ ਸੀ ਸੂਮਾ ਦੇ ਉਹਨੇ ਆ ਕੁਛ ਨਹੀਂ ਬਦਲਿਆ, ਅਸੀਂ ਆ ਗਾ ਦੇ ਮਸੇਰ ਨੇ ਗਾਲ ਆ ਕੇ ਮਲਵੇ ਨੇ, ਕੱਲ ਕਾ ਕੋਈ ਜਾਣ ਦੀ ਤਿਆਰੀ ਕੋਈ ਨਹੀਂ, ਅੱਜ ਘਰ ਜਾਣਾ, ਓਏ ਰੋਲਾ ਕਿਉਂ ਪਾਈ ਖੜੋ, ਕੀ ਹੈ ਕੀ ਬੱਕਰੇ ਲੜਦੇ ਨੇ ਪਏ, ਸ਼ਰਾਰਤਾਂ ਕਰਦੇ ਨੇ, ਘਰ ਜਾਣਾ ਨਹੀਂ ਕਿ ਨਹੀਂ ਜਾਣਾ, ਟਾਈਮ ਨਾਲ ਚਲੇ ਜਾਓ, ਨਹੀਂ ਜਾਣਾ ਮਾਮੂ ਕੋਲ, ਨਹੀਂ ਤੁਹਾਨੂੰ ਅਸੀਂ ਚਿਕਣਾ, ਜਾਓ ਘਰਾਂ ਕਰੇ, ਜੇ ਰਮਣਾ ਤਾਂ ਫਿਰ ਠੀਕ ਹੈ, ਜੇ ਨਹੀਂ ਰਮਣਾ ਤਾਂ ਫਿਰ ਤੁਸੀਂ ਟਾਈਮ ਨਾਲ ਚਲੇ ਜਾਓ, ਨਹੀਂ ਅਸੀਂ ਰਮਣਾ, ਹਾਂ ਅਬੂ ਨੂੰ ਟਾਈਮ ਨਾਲ ਹੀ ਪਤਾ ਹੈ ਅਸੀਂ ਗਏ ਹੋਏ, ਤੇ ਅਬੂ ਨੂੰ ਉੱਥੇ ਮੰਡੀ ਪਾ ਆਇਓ, ਮੰਜੀ ਆ ਨਹੀਂ ਬਾਹਰ, ਮੰਜੀ ਨਹੀਂ ਮੰਡੀ ਪਾ ਆਇਓ, ਉਹਨੂੰ ਖਾਣਾ ਛਾਣਾ ਕਿੰਨੇ ਦੇਣ, ਅੱਗੇ ਅਬੂ ਦਾ ਹੋਟਲ ਤੇ ਲੱਗੋ ਹੈ, ਅੱਛਾ ਕੈਸੀ ਤਬੀਅਤ ਬੇਗਮ ਸਾਹਿਬਾ, ਰਲੀ ਮਿਲੀ, ਚਲੀਏ ਫਿਰ ਜਗ੍ਹਾ ਲਾ ਵਿੱਚ, ਤੂੰ ਨਾ ਇਹੋ ਜਿਹੀ ਗੱਲਾਂ ਕੀਤੀਆਂ, ਸਲਾਮ ਕੀਤਾ ਅੱਜ, ਤੈਨੂੰ ਡਾਂਟ ਪਾਉਣੀ ਅੰਕਲ ਆਂਟੀ ਅੰਕਲ, ਕਿਉਂਕਿ ਅੱਜ ਗੱਲਾਂ 'ਚ ਨਿੱਕੇ ਨਹੀਂ ਆਉਂਦੇ, ਠੀਕ ਹੈ ਨਾ, ਹਾਂ ਨਹੀਂ ਪੁੱਤਰ ਤੁਹਾਨੂੰ ਨਹੀਂ ਇੰਨਾ ਗੱਲਾਂ ਦਾ ਪਤਾ, ਤੂੰ ਅੱਜ ਗੱਲਾਂ ਨਾ ਹੋਏਗਾ, ਠੀਕ ਹੈ ਨਾ, ਹਾਂਜੀ ਸਿਆਣੇ ਬੱਚੇ ਬਣਿਆ ਕਰੋ, ਅੱਛੇ ਬੱਚੇ, ਠੀਕ ਹੈ, ਅੱਛਾ ਅਜੇ ਨਹੀਂ ਨਾ ਬਣਿਆ, ਅੱਛੇ ਬੱਚੇ ਬਣਿਆ ਕਰੋ, ਚੱਲ ਅਸੀਂ ਉੱਠੀ ਫਿਰ ਚੇਂਜ ਕਰ ਲਾ, ਉੱਤੋਂ ਮਨੇਰ ਦਾ ਪਤਾ ਕੋਈ ਨਹੀਂ, ਆ ਜਾਵੇ ਭਾਵੇਂ, ਉੱਠ ਉੱਠ ਮਿੰਟ ਮਾਰ, ਇਹ ਸੁਮੈਰਾ ਦੇ ਹਵਾਲੇ ਕਰ, ਇੱਕ ਮੇਰੇ ਕੋਲ ਮਿੰਟ ਆਇਆ ਕਿ ਬਾਈ ਬਹੁਤ ਬੁਰੇ ਲੱਗ ਰਹੇ ਹੋ, ਦਾੜੀ ਐਡੀ ਐਡੀ ਵੱਡੀ, ਵਾਲ ਐਡੇ ਐਡੇ ਵੱਡੇ, ਤੁਹਾਡੇ ਪਿੰਡ ਜਮਤਾਂ ਵਾਲਾ ਕੋਈ ਨਹੀਂ ਹੈ, ਜਮਤਾਂ ਵਾਲੇ ਬੜੇ ਟਾਈਮ ਕੋਈ ਨਹੀਂ ਹੈਗਾ,
لیکن ہوں میں کل ان شاء اللہ تعالیٰ تعلق جا چینج نظر آواں گا ان شاء اللہ عزیز. صبح سویرے جا کے جڑا نا اپنی کٹنگ وغیرہ کروا کے سیٹ سوٹ کروا بال بھی جڑا نا داڑھی شاڑی بھی ان شاء اللہ. ہوں سیدے سامنے ایک بار جانے سے ڈاکٹر کو دوائی شوائی لے کے آنے. چلیے اوکے. وہ بندہ جڑا گھومتا پیا نا اے سوٹا چک کے تو اتوں کو کلا پٹنا سے وہ سامنے لگا کھڑا اے کلا چال کھا بلا پاج کے دھیان نہ. وہ لے گیا. واہ واہ جی واہ بھائی جی. پانچ بجے تو اسی آئے ہوئے ہیں, سات بج کے بلکہ سوا سات کا ٹائم ہو چکے, اذانہ ہو رہی ہیں ہالے تک جا الٹرا ساؤنڈ وغیرہ نہیں ہو رہا کیونکہ ہالے ان کی کوئی کلیئر رپورٹ نہیں آئی. پھر انہوں نے آ کے پانی پیو, پانی پلایا گیا دو تین گلاس. اس بعد انہوں نے آ کے تھوڑا جہا ٹرو پھرو ہوں چہل پہل کر رہی ہے. پہلے تو مریضوں کا رش لگا رہا تو ہوں ویسے جڑا نا سمجھو کہ سانو تھوڑا جہاں انہوں نے آ کے ٹورا پھیرا کرو اگا پچھا ٹرو پانی ہزم ہوئے تو پھر جا کلیئر تھا الٹرا ساؤنڈ ہو پائے گا. تو ہالے تک کچھ پتہ نہیں ہے کہ کن ٹائم مزید لگے, کن دو ڈھائی گھنٹے ہو گئے سانو اتنے آیا ہوا. ہوں شام کی اذانہ ہو رہی ہیں تقریباً, باقی دیکھنے کی بنتا کی نہیں ہے. ہالے تک تو کوئی رزلٹ نہیں نکل کے آ رہا. پورے تین گھنٹے بعد بھائی صاحب جی الٹرا ساؤنڈ ہو گیا اور باقی جڑا نا جا کے ڈیٹیل کے نال تھوڑے گل بات شیئر کرنے ہیں. فی الحال سارے کو ایئرپورٹ وغیرہ ہے یا مین میڈیکل سینٹر والے کو اسی الٹرا ساؤنڈ کروایا تو کار چلنے اتنے چل کے ان شاء اللہ ڈیٹیل نہ شیئر کرنے. باقی ماسک اتنے سڑ دے چلیے ہوں گھران ہنیرا پایا گیا. سب تو پہلے تو ایک میں کومنٹ کا جواب دینا کہ سمینا بی نے مینوں کومنٹ کیا ہے کہ بھائی جو تھی مطلب ہے کہ پیسے دکھائے رہے ہو تقریباً 12,000 روپیہ تھی دکھایا جن کے تقریباً 5,000 روپیہ ذکر دیتا گیا تو 5,000 روپیہ دوسری نو اس بچی نو جڑی کہ میری وڈی بہن کی بیٹی ہے سمجھو کہ سوتیلی بیٹی ہے تو 2,000 روپیہ حافظ صاحب نے دیتا گیا. اس کے علاوہ تسان دیکھ دے دکھایا جائے ٹھیک ہے. میں تمہیں ٹوٹل خرچہ جڑا نا دکھانا آ گیا. اس تو پہلے تمہیں میں نظر ثانی کروانا کہ میرے کو پیسے کتنے پہنچے نے تے انہاں یعنی کہ میرے کو یہ سوال بھی کیتا ہے گیا کہ تمہیں پیسے کیا مکمل نہیں ملے یعنی کہ انہوں نے ریکارڈ کے مطابق 1,20,000 روپیہ جڑا نا بنتا ہے گیا اور جن کے وچوں اسی ٹوٹل صرف اور صرف ایک دیگ دکھائی گئی ہے تو یا مڑ دوسرا جڑا نا 12,000 روپیہ دکھایا گیا. لہٰذا میں تمہیں جڑا نا پہلے نظر ثانی کروانا لیکن صرف میں اس بینڈ نو نظر ثانی کروانے. باقی دوسرے بینڈ بھائی چلو مطلب کہ نا سوال شاید دلان چ ہون گئے انہاں دی وی کنفیوژن دور ہو جاوے گی. اے والے بھائی صاحب میں پیسے سینڈ کیتے گئے سی, رسید جڑی ہے نا وہ تقریباً مطلب کہ نا ڈاؤن لوڈ میں کیتی سی وہ ڈاؤن لوڈ نہیں ہو رہی ہے تے لہٰذا میں انہاں بعد پوچھا پھر مطلب کہ نا ہون شاید ہو گئی رسید ڈاؤن لوڈ ٹھیک ہے نا. پیسے بنے نے ویکو 1,19,890 روپئے ٹھیک ہے نا. تو مینوں جڑا نا جس طرح انہیں پھر دسیا وہ میں تمہیں ڈیٹیل نال دکھانا آ گیا. اے دیکھو اے ویکو انہوں نے دسیا نا یہ تین لوگوں کی طرف سے پیسے ہیں. مسجد کے 40,000 25,000 پانی کے لیے ہے, 5,000 اقرا دے تو 5,000 جو لڑکی آپ کی بہن کے ساتھ رہتی ہے کچھ ٹائم پہلے اس کی شادی ہوئی ہے آپ کے گاؤں میں اس کے لیے 10,000 آپ دونوں میاں بیوی کے لیے تے اس تو علاوہ باقی جو پیسے آپ غریب لوگوں کو دے دینا جہاں آپ مناسب سمجھے کیونکہ یہ صدقے کے پیسے ہیں. آپ کو بہتر پتہ ہوگا صدقہ کن کو لگتا ہے ٹھیک ہے نا. ٹوٹل ڈیٹیل آ گئی ہے علی. اس تو علاوہ جڑی ہے نا میں ہوں تھوانو مطلب اپنی ڈیٹیل دے 20,000 روپیہ ٹوٹل جڑا نا خرچہ آیا ہے گیا دیگ تے تے جڑا نا جوس اسی لے کے آندا 7,000 روپیہ تقریباً جوس تے لگیا سی سنے برف ٹھیک ہے نا. تو 12,000 روپیہ تقریباً 13,000 روپیہ تقریباً جڑا نا سنے پکوائی دیگ تے لگ گیا سی. 12,000 یعنی کہ ٹوٹل خرچہ آیا وچ بالن دا بھی پا کے سارے سودے سوتر دا بھی پا کے تے 1,000 روپیہ نائی نے تیگ پکوائی لے لیے ساڈے کولو. لیندے تو تھوڑے نے لیکن وہ انہوں نے آ کے اسی پٹرول ساڑ کے دو بندے آئے ہیں تو ساڈا جڑا نا حق بنتا ہے اس طرح دے. وہ پھر میں 1,000 روپیہ انہوں نے دے دیتا سی یعنی کہ ٹوٹل 20,000 روپیہ ہو گیا یہ والا. اس تو علاوہ 12,000 روپیہ سمجھو کہ تہاڈی نظر ثانی کروایا جن دے 5,000 روپیہ ذکرا نوں اور 5,000 روپیہ اس بچی نوں دتا گیا تے 2,000 روپیہ حافظ صاحب نوں تقریباً ٹوٹل 32,000 روپیہ ہو گیا. اس تو علاوہ
ਜਿਹੜਾ ਨਾ ਮੈਂ ਤੁਹਾਨੂੰ ਦੱਸਣਾ ਹੋਰ ਕੀ ਕੁਛ ਜਿਹੜਾ ਇਹਦੇ ਵਿੱਚ ਸ਼ਾਮਿਲ ਕੀਤਾ ਗਿਆ। ਹਾਂ 10,000 ਰੁਪਇਆ ਉਸ ਬਾਜੀ ਨੇ ਆਖਿਆ ਵੀ ਤੁਹਾਡਾ ਦੋਨੋਂ ਮੀਆਂ ਬੀਵੀ ਦਾ ਹੈ, ਤਕਰੀਬਨ 42,000 ਰੁਪਇਆ ਹੋ ਗਿਆ, 40,000 ਰੁਪਇਆ ਮਸਜਿਦ ਲਈ ਹੋ ਗਿਆ, 80,000 ਟੋਟਲ ਹੋ ਗਿਆ, 82,000। ਅਤੇ ਉਸ ਤੋਂ ਇਲਾਵਾ ਬੱਚੇ ਟੋਟਲ ਪੈਸੇ ਕਿਤਨੇ ਬਚੇ, 18,000 ਇਹਦੇ 'ਚ ਬਚ ਗਿਆ ਔਰ 19,000 ਉੱਤੇ ਆ ਗਿਆ, ਤਕਰੀਬਨ 37,000 ਰੁਪਇਆ ਇਹ ਬਚ ਗਿਆ, ਟੋਟਲ 37,890 ਰੁਪਇਆ। ਉਹ ਉਹਨਾਂ ਨੇ ਆਖਿਆ ਸੀ ਵੀ ਜਿੱਥੇ ਤੁਸੀਂ ਬਿਹਤਰ ਸਮਝੋ, ਜਿਨ੍ਹਾਂ ਨੂੰ ਸਦਕਾ ਲੱਗਦਾ ਉੱਥੇ ਤੁਸੀਂ ਦੇ ਦੇਣਾ, ਠੀਕ ਹੈ। ਅਤੇ ਮੈਂ ਜਿੱਥੋਂ ਤੱਕ ਹੱਦ ਤੱਕ ਸਮਝਣਾ, ਕਿਉਂਕਿ ਮੇਰੀ ਛੋਟੀ ਸਿਸਟਰ ਜ਼ਰੂਰਤਮੰਦ ਵੀ ਹੈਗੀ ਔਰ ਉਹਨਾਂ ਨੂੰ ਸਦਕਾ ਲੱਗਦਾ ਵੀ ਹੈ, ਕਿਉਂਕਿ ਉਹਨਾਂ ਦੇ ਕੋਈ ਵਸਾਇਲ ਨਹੀਂ ਹੈਗੇ, ਅਤੇ ਬਿਲਕੁਲ ਹੀ ਸਮਝੋ ਕਿ ਨਾ ਉਹਨਾਂ ਦੇ ਕੋਲ ਨਾ ਆਪਣੀ ਜ਼ਮੀਨ ਹੈ ਨਾ ਕੁਛ ਹੈ, ਘਰ ਤਾਂ ਚਲੋ ਅੱਲਾਹ ਪਾਕ ਦੇ ਆਸਰੇ ਨਾਲ ਜਿਸ ਤਰ੍ਹਾਂ ਸੁਭਾਣ ਸੁਭਾਣ ਗਿਆ, ਲੇਕਿਨ ਉਹਨਾਂ ਦੇ ਕੋਲ ਆਪਣਾ ਕੋਈ ਵਸਾਇਲ ਕਿਸੇ ਕਿਸਮ ਦਾ ਨਹੀਂ ਹੈਗਾ, ਲਿਹਾਜ਼ਾ ਉਹਨਾਂ ਦੇ ਘਰ ਦਾ ਕੰਮ ਵੀ ਜਾਰੀ ਹੋ ਸਾਰੀ ਹੈ। ਅਤੇ ਮੇਰੇ ਸਮਝੋ ਕਿ ਨਾ ਜਿੱਥੋਂ ਤੱਕ ਮੈਂ ਬਿਹਤਰ ਸਮਝਿਆ, ਮੈਂ ਆਖਿਆ ਚਲੋ ਉਹਨਾਂ ਨੂੰ ਪੈਸੇ ਜਿਹੜੇ ਨਾ ਉਹਨਾਂ ਦੇ ਕੰਮ ਦੇ ਵਿੱਚ ਸ਼ਾਮਿਲ ਕਰ ਲੈਂਦੇ ਹਾਂ। ਅਤੇ ਟੋਟਲ ਪੈਸੇ ਮੈਨੂੰ ਜਿਹੜੇ ਨਾ ਇਸ ਤਰ੍ਹਾਂ ਉਸ ਬਾਜੀ ਨੇ ਦੱਸਿਆ ਕਿ 1,20,000 ਰੁਪਇਆ ਵੀ ਸਾਡੀ ਤਰਫੋਂ ਜਿਹੜਾ ਨਾ ਉਹਨਾਂ ਨੂੰ ਦਿੱਤਾ ਗਿਆ, ਅਤੇ ਵਾਕਈ 1,20,000 ਹੀ ਬਣਦਾ, ਤਕਰੀਬਨ 100 ਤੇ 10 ਰੁਪਏ ਘੱਟ, ਠੀਕ ਹੈ ਨਾ, 110 ਰੁਪਏ ਘੱਟ, 1,20,000 ਰੁਪਇਆ ਬਣਦਾ। ਔਰ ਟੋਟਲ ਡਿਟੇਲ ਮੈਂ ਤੁਹਾਨੂੰ ਦੇ ਦਿੱਤੀ ਹੈ, ਅਤੇ ਉਮੀਦ ਕਰਨੇ ਹਾਂ ਕਿ ਤੁਹਾਨੂੰ ਸਮਝ ਆ ਗਈ ਹੋਵੇਗੀ, ਠੀਕ ਹੈ। ਨਾ ਸਮਝ ਆਏ ਤਾਂ ਤੁਸੀਂ ਜਿਹੜਾ ਨਾ ਬੇਸ਼ੱਕ ਵੀਡੀਓ ਨੂੰ ਪਿੱਛੇ ਕਰਕੇ ਟੋਟਲ ਜਿਹੜੀਆਂ ਦੁਬਾਰਾ ਮਤਲਬ ਡਿਟੇਲ ਲੈ ਸਕਦੇ ਹੋ, ਜਜ਼ਾਕ ਅੱਲਾ। ਉਸ ਤੋਂ ਬਾਅਦ ਹੁਣ ਆਉਂਦੇ ਹਾਂ ਆਪਣਾ ਆਸੀਆ ਦੀ ਤਰਫ, ਕਿ ਆਸੀਆ ਨੂੰ ਮੈਂ ਲੈ ਕੇ ਗਿਆ ਔਰ ਅਲਟਰਾਸਾਊਂਡ ਵਗੈਰਾ ਕਰਵਾਇਆ, ਅਤੇ ਡਾਕਟਰ ਨੇ ਬਾਈ ਸਾਹਿਬ ਕੋਈ ਅੱਛੀ ਖਬਰ ਨਹੀਂ ਦਿੱਤੀ ਹੈਗੀ। ਇੱਕ ਤਾਂ ਉਹਨਾਂ ਆਖਿਆ ਵੀ ਜਿਹੜਾ ਨਾ ਬੱਚਾ ਤੁਹਾਡਾ ਬਿਲਕੁਲ ਹੀ ਕਮਜ਼ੋਰ ਹੈਗਾ, ਸ਼ੁਰੂਆਤ ਦੇ ਦਿਨਾਂ 'ਚ ਹੈਗਾ, ਅਤੇ ਲਿਹਾਜ਼ਾ ਇਹਦੇ ਵਾਸਤੇ ਤੁਹਾਨੂੰ ਇਹਤਿਆਤ ਵੀ ਕਰਨੀ ਪਵੇਗੀ, ਖੁਰਾਕ ਦੀ ਵੀ ਜ਼ਰੂਰਤ ਹੈਗੀ, ਅਤੇ ਕੰਮ ਕਾਜ ਵਿੱਚ ਵੀ ਤੁਹਾਨੂੰ ਜਿਹੜਾ ਨਾ ਇੰਨੀ ਖੇਚਲ ਨਾ ਕਰਨੀ ਪਵੇ, ਜਿਹੜਾ ਕਿ ਨਾਰਮਲੀ ਤੌਰ 'ਤੇ ਜਿਹੜਾ ਨਾ ਸਮਝੋ ਕਿ ਬਿਲਕੁਲ ਆਸਾਨੀ ਨਾਲ ਜਿਹੜਾ ਥੋੜ੍ਹਾ ਬਹੁਤਾ ਕਰ ਸਕੇ ਸੋ ਕਰ ਸਕੇ, ਵਰਨਾ ਜ਼ਿਆਦਾ ਹਾਰਡ ਵਰਕਿੰਗ ਬਿਲਕੁਲ ਨਾ ਕਰੇ, ਨਾ ਜ਼ਿਆਦਾ ਸਫ਼ਰ ਕਰੇ। ਔਰ ਮੈਂ ਇਹ ਫੈਸਲਾ ਕੀਤਾ ਕਿ ਮੈਂ ਹੁਣ ਇਨਸ਼ਾਅੱਲਾ ਤਾਲਾ ਜਿਹੜੇ ਪਾਸੇ ਵੀ ਗਿਆ ਨਾ ਮੈਂ ਖੁਦ ਇਕੱਲਾ ਹੀ ਜਾਵਾਂਗਾ, ਜੇ ਗਿਆ ਨਾਲ ਅਲੀ ਚਲੋ ਚਲਾ ਜਾਂਦਾ, ਨਾਨਕੇ ਤਰਫ ਤੇ ਚਲਾ ਜਾਂਦਾ, ਵਰਨਾ ਇਹਨੂੰ ਮੈਂ ਹੁਣ ਨਹੀਂ ਲੈ ਕੇ ਜਾਵਾਂਗਾ, ਉੱਥੇ ਚੀਚਾ ਵਤਨੀ ਉੱਥੇ ਮੇਰਾ ਕੰਮ ਹੈਗਾ, ਇਹਦਾ ਕੰਮ ਨਹੀਂ ਹੈਗਾ, ਲਿਹਾਜ਼ਾ ਉੱਥੇ ਚਲੀ ਜਾਂਦੀ ਹੈ, ਫਿਰ ਉੱਥੇ ਕਾਫੀ ਸਾਰੇ ਕੰਮ ਵੀ ਇਹਨੂੰ ਕਰਨੇ ਪਾਉਂਦੇ ਨੇ, ਅਤੇ ਆਉਂਦਿਆਂ ਜਾਂਦਿਆਂ ਸਫ਼ਰ ਵੀ ਕਰਨਾ ਪਾਉਂਦਾ, ਸਮਝ ਲਓ ਕਿ ਹੁਣ ਬੇਹੱਦ ਇਹਤਿਆਤ ਦੀ ਜ਼ਰੂਰਤ ਹੈ। ਜਾਂ ਤਾਂ ਫਿਰ ਅਸੀਂ ਟੋਰਾ ਫੇਰਾ ਕਰ ਲਈਏ, ਜਾਂ ਫਿਰ ਆਪਣੀ ਔਲਾਦ ਦਾ ਧਿਆਨ ਕਰ ਲਈਏ, ਦੋ ਗੱਲਾਂ ਹੀ ਹੋ ਸਕਦੀਆਂ ਨੇ। ਜੇ ਔਲਾਦ ਨਾਲ ਪਿਆਰ ਕਰਨਾ, ਫਿਰ ਟੋਰਾ ਫੇਰਾ ਜਿਹੜਾ ਨਾ ਇਹਦਾ ਬੰਦ ਕਰਨਾ ਹੋਵੇਗਾ, ਠੀਕ ਹੈ ਨਾ। ਅਤੇ ਬਾਕੀ ਸਮਝੋ ਕਿ ਜੋ ਖਬਰ ਦਿੱਤੀ ਉਹਨਾਂ ਥੋੜ੍ਹੀ ਮੈਂ ਤੁਹਾਨੂੰ ਨਜ਼ਰਸਾਨੀ ਖੈਰ ਨਾਲ ਕਰਵਾ ਦਿੱਤਾ ਗਿਆ। ਇਹ ਹੈਗਾ ਜੀ ਅਲਟਰਾਸਾਊਂਡ, ਤਕਰੀਬਨ 2 ਦਫ਼ਾ ਉਹਨਾਂ ਨੇ ਅਲਟਰਾਸਾਊਂਡ ਕੀਤਾ ਔਰ ਇਹਦੇ ਵਿੱਚ ਜਿਹੜਾ ਨਾ ਬਿਲਕੁਲ ਹੈ ਨਾਰਮਲੀ ਤੌਰ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ, ਠੀਕ ਹੈ ਨਾ। ਇੰਨਾ ਕੁ ਸਮਝੋ ਕਿ ਹੈ ਹਾਲੇ ਤੱਕ, ਅਤੇ ਬਿਲਕੁਲ ਹੀ ਕਮਜ਼ੋਰ ਹੈਗਾ, ਬਿਲਕੁਲ ਹੀ, ਠੀਕ ਹੈ ਨਾ। ਇਹਦੇ ਵਿੱਚ ਬੜੀ ਹੀ ਇਤਿਹਾਸ ਦੀ ਜ਼ਰੂਰਤ ਹੈਗੀ। ਅਤੇ ਆਸੀਆ ਬੇਗਮ ਨਸਵਾਰ ਤੋਂ ਵੀ ਹੱਥ 'ਚ ਆ ਜਾ, ਅੱਲਾ ਦਾ ਨਾਂ ਹੀ। ਉਸ ਤੋਂ ਇਲਾਵਾ ਆਪਣੀ ਕੇਅਰ ਕਰ, ਆਪਣੇ ਆਉਣ ਵਾਲੇ ਬੱਚੇ ਦੀ ਕੇਅਰ ਕਰ, ਠੀਕ ਹੈ ਨਾ। ਅੱਲਾ ਪਾਕ ਜੇ ਭੁੱਲ ਹੀ ਪਿਆ ਨਾ, ਤਾਂ ਸਾਨੂੰ ਇਤਿਹਾਸ ਦੀ ਜ਼ਰੂਰਤ ਹੈ। ਤੁਸੀਂ ਹੁਣ ਕਾਫੀ ਸਾਰੇ ਭੈਣ ਭਾਈ ਵਿੱਚ ਇਹ ਵੀ ਸਵਾਲ ਕਰੋਗੇ ਕਿ ਤੂੰ ਹੀ ਨਾਲ ਜ਼ਿਆਦਾਤਰ ਲੈ ਕੇ ਉਹਨੂੰ ਨੱਥ ਕੇ ਤੁਰਿਆ ਰਹਿੰਦਾ, ਭੱਜਿਆ ਰਹਿੰਦਾ। ਅਤੇ ਜਿਸ ਟਾਈਮ ਮੈਂ ਬਾਈ ਸਾਹਿਬ ਤੁਰਨ ਲੱਗਣਾ ਨਾ, ਉਦੋਂ ਮਤਲਬ ਕਿ ਨਾ ਕਾਫੀ ਸਵਾਲਾਤੀਆ ਨਜ਼ਰਾਂ ਨਾਲ ਮੈਨੂੰ ਵੇਖਦੀ ਹੈ ਕਿ ਮੈਨੂੰ ਲੈ ਕੇ ਨਹੀਂ ਜਾ ਰਿਹਾ, ਅਤੇ ਲਿਹਾਜ਼ਾ ਫਿਰ ਉਦੋਂ ਮੇਰਾ ਦਿਲ ਕਰਦਾ ਮੈਂ ਨਾਲ ਲਈ ਜਾਵਾਂ, ਲੇਕਿਨ ਹੁਣ ਬਾਈ ਸਾਹਿਬ ਨਹੀਂ ਗਏ, ਹੁਣ ਬਿਲਕੁਲ ਇਤਿਆਦ ਕਰਨੀ ਹੋਵੇਗੀ, ਕਿਉਂਕਿ ਔਲਾਦ ਜਿਹੜੀ ਹੈ ਨਾ ਉਹ ਮੁਕਦਰਾਂ ਨਾਲ ਮਿਲਦੀ ਹੈ, ਠੀਕ ਹੈ ਨਾ। ਅਤੇ ਟੋਰੇ ਫੇਰੇ ਤਾਂ ਬੰਦਾ ਕਰਦਾ ਹੀ ਰਹਿੰਦਾ ਹੈਗਾ ਨਾ, ਆਰਾਮ ਜਿਹੜੇ ਨੇ ਇਹ ਚੱਲਦੇ ਰਹਿੰਦੇ ਨੇ, ਲਿਹਾਜ਼ਾ ਸਾਨੂੰ ਇਹਦੇ ਵਿੱਚ ਹੁਣ ਬੜੀ ਹੀ ਕੇਅਰ ਕਰਨੀ ਪਵੇਗੀ। ਅਤੇ ਬਾਕੀ ਜਿਹੜੀ ਡਿਟੇਲ ਤੁਹਾਨੂੰ ਇਹ ਵੀ ਦੇ ਦਿੱਤੀ ਹੈ ਔਰ ਬਾਕੀ ਜਿਹੜੀ ਕੱਲ੍ਹ ਵਾਲੀ ਸਾਰੀ ਡਿਟੇਲ ਦੇ ਛੱਡੀ ਹੈ, ਅਤੇ ਉਮੀਦ ਕਰਨੇ ਹਾਂ ਤੁਹਾਨੂੰ ਹਰ ਗੱਲ ਜਿਹੜੀ ਨਾ ਸਮਝ ਆ ਗਈ ਹੋਵੇਗੀ। ਜਜ਼ਾਕੱਲਾ ਖੈਰਾ, ਅਤੇ ਇਨਸ਼ਾਅੱਲਾ ਅਗਲੇ ਵਲੋਗ ਵਿੱਚ ਮਿਲਦੇ ਹਾਂ। ਬਾਕੀ ਸਾਡੇ ਲਈ ਆਸੀਆ ਲਈ ਦੁਆਵਾਂ ਜ਼ਰੂਰ ਕਰੇ, ਅੱਲਾ ਪਾਕ ਸਾਡਾ ਖੈਰ ਖਰੀਅਤ ਨਾਲ ਇਹਨੂੰ ਤੋੜ ਲਿਆਵੇ, ਤੋੜ ਚਾੜੇ, ਅਤੇ ਅੱਲਾ ਪਾਕ ਜ਼ਿੰਦਗੀਆਂ ਅਲੱਗ ਕਰੇ। ਅੱਲਾ ਪਾਕ ਜਿੰਨੇ ਬੇ ਔਲਾਦ ਨੇ ਅੱਲਾ ਪਾਕ ਉਹਨਾਂ ਨੂੰ ਵੀ ਨੇਕ ਸਾਲੇ ਔਲਾਦ ਦੇਵੇ, ਅਤੇ ਰੱਬ ਦੀ ਜ਼ਾਤ ਪਾਕ ਸਭ ਦੀਆਂ ਚੋਰੀਆਂ ਭਰੇ, ਆਮੀਨ ਸੁਮ ਆਮੀਨ। ਅਤੇ ਜੋ ਲੋਕ ਬਿਮਾਰ ਨੇ ਅੱਲਾ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ ਵੀ ਦੇਵੇ। ਤੁਸੀਂ ਸਾਡੀਆਂ ਦੁਆਵਾਂ 'ਚ ਹਰ ਟਾਈਮ ਸ਼ਾਮਿਲ ਹੋ, ਅਤੇ ਇਸ ਇਨਸ਼ਾਅੱਲਾ ਸਾਨੂੰ ਵੀ ਤੁਸੀਂ ਦੁਆਵਾਂ ਯਾਦ ਰੱਖਣਾ, ਅਤੇ ਇਨਸ਼ਾਅੱਲਾ ਅਗਲੇ ਵਲੋਗ 'ਚ ਮਿਲਦੇ ਹਾਂ। ਖੁਦਾ ਹਾਫਿਜ਼, ਅੱਲਾ ਹਾਫਿਜ਼।